ਹੈਲੋ ਪਿਆਰੇ ਬੱਚਿਓ ਅੱਜ ਆਪਾਂ ਕਲਾਸ 10 ਦੀ ਜਿਹੜੀ ਸ਼ੀਟ ਨੰਬਰ 1 ਹੈ ਉਹਦੇ ਬਾਰੇ ਆਪਾਂ ਜਿਹੜੇ ਕਰ ਲੱਗੇ ਆਂ ਇਹ ਸ਼ੀਟ 1 ਤੋਂ ਕਰਨ ਤੋਂ ਪਹਿਲੇ ਆਪਾਂ ਕੁਝ ਬੇਸਿਕ ਜਿਹੇ ਜਿਹੜੇ ਕਨਸੈਪਟਸ ਹੈ ਉਹਨਾਂ ਤੇ ਧਿਆਨ ਦਿਈਏ ਸੋ ਆਪਣੇ ਕੋਲ ਜਿਹੜਾ ਸਭ ਤੋਂ ਪਹਿਲਾਂ ਆਪਣੇ ਕੋਲ ਆਗੀਆਂ ਪ੍ਰਕਿਰਤਿਕ ਸੰਖਿਆਵਾਂ ਠੀਕ ਹੈ ਪ੍ਰਕਿਰਤਿਕ ਸੰਖਿਆਵਾਂ ਜਿਨੂੰ ਆਪਾਂ ਨੈਚੁਰਲ ਨੰਬਰ ਕਹਿੰਦੇ ਆ ਪ੍ਰਾਕ੍ਰਿਤਿਕ ਸੰਖਿਆਵਾਂ ये होंगे अपने को बॉक्स मैं पाऊँगा यह होंगे एक दो तीन एंड सौ ओन ठीक है अगर चल द प्रकृतिक संख्याव होंगे हैं ठीक है सो तो एक दो तीन सौ ओन य सारिया प्रकृतिक संख्याव अपने को ठीक है प्रकृतिक संख्या तो बाद अपने को आदि है पूर्न संख्या पूर्न जी संख्या होंगे उन्हें अपने को जस्ट एक दो तीन के अगर जीरो लग जाती है ਮਤਲਬ ਇੱਕ ਜ਼ੀਰੋ ਆਪਾਂ ਐਡ ਇੰਦੇ ਕਰ ਦਿੰਨੇ ਆ ਜ਼ੀਰੋ ਵਿੱਚ ਇੱਕ ਪਾ ਦਿੰਨੇ ਆ ਜ਼ੀਰੋ 1 2 3 0 ਸੋਨ ਇਹਨੂੰ ਕਹਿੰਦੇ ਨੇ ਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਉਸ ਤੋਂ ਵੀ ਵੱਡਾ ਆਪਣੇ ਕੋਲ ਬਾਕਸ ਲੈਣਾ ਪੈਣਾ ਕਿਉਂਕਿ ਇਹਦੇ ਚ ਆਪਣੇ ਕੋਲ ਮਾਈਨਸ ਵਾਲੀਆਂ ਆ ਜਾਂਦੀਆਂ -2 0 -1 0 1 2 0 ਠੀਕ ਹੈ ਸੋ ਇਧਰ ਵੀ ਜਿੱਥੇ -3 -4 ਇਧਰ ਵੀ 2 3 4 ਜਿੱਥੇ ਮਰਜ਼ੀ ਲੈ ਜਾਓ सो so, ये सारियाँ अपने को आदि संपूर्ण संख्याव ठीक है जी थी। इस तुँ बा अपने कोई अगे आदियाँ हैं संपूर्ण तो बाद संख्यावे को आ गया प्रकृतिक हो गया पूर्ण हो गया संपूर्ण हो गया इस तो बाद अपने को आदियाँ हैं परिमय संख्या परिमेय ਪਰਿਮੇ ਸੰਖਿਆਵਾਂ ਇਹ ਸੰਖਿਆ ਆਮ ਤੌਰ ਤੇ ਇਹਦੇ ਚ बटे ਵਾਲੇ ਰੂਪ ਹੁੰਦੇ ਨੇ ਜਿਵੇਂ 2/3 1/4 ਠੀਕ ਹੈ 5/6 ਇਹ ਸਾਰੀਆਂ ਪਰਿਮੇ ਸੰਖਿਆਵਾਂ ਇੱਕ ਭਿੰਨ ਦੇ ਰੂਪ ਚ ਕਹ ਲੋ ਇੱਕ p/q ਦੇ ਰੂਪ ਚ ਹੁੰਦੀਆਂ ਠੀਕ ਹੈ ਇਹਨੂੰ ਇਹਦੀ ਡੈਫੀਨੇਸ਼ਨ ਨਹੀਂ ਕਿ ਇਹ p/q ਦੇ ਰੂਪ ਚ ਹੁੰਦੀਆਂ ਜਿਹੜਾ ਹਰ ਹੈ ਹਰ q ਹੈ ਨਾ ਜਿਵੇਂ ਇੱਥੇ ਉਹ q ਕਦੀ ਵੀ 0 ਨਹੀਂ ਹੋ ਸਕਦਾ ਮਤਲਬ ਜੀ ਆਪਾਂ 1/0 ਨੂੰ ਪਰਿਮੇਯ ਸੰਖਿਆ ਨਹੀਂ ਕਹਿ ਸਕਦੇ 1/0 ਨੂੰ ਪਰਿਮੇਯ ਸੰਖਿਆ ਆਪਾਂ ਨਹੀਂ ਕਹਿ ਸਕਦੇ ਠੀਕ ਹੈ ਸੋ ਇਸ ਚੀਜ਼ ਦਾ ਇਹਨੂੰ ਧਿਆਨ ਦੇਣਾ ਤਾਂ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਜਿਹੜਾ ਇਹ ਬਣਾਇਆ ਹੈ ਇਹਨੂੰ ਇਸ ਤਰ੍ਹਾਂ ਬਣਾਉਣ ਦਾ ਪਿੱਛੇ ਮਕਸਦ ਕੀ ਹੈ ਇਹਦੇ ਪਿੱਛੇ ਮਕਸਦ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਦਰਸਨ ਵਾਲੀ ਦੱਸਣਾ ਹੈ ਉਹਦੇ ਉਸਤੇ ਕਿਹਾ ਹੈ ਆਮ ਤੌਰ ਤੇ ਕੀ ਕਹਿੰਦੇ ਆਪਾਂ ਕਿ ਇਹਦੇ ਵਿੱਚ ਕੀ ਹੈ ਕਿ ਆਪਾਂ ਕਹਿੰਦੇ ਕਿ ਜਿੰਨੀਆਂ ਵੀ ਪ੍ਰਕਿਰਤਿਕ ਸੰਖਿਆ ਨੇ ਉਹ ਪਰਿਮੇਯ ਸੰਖਿਆ ਨੇ ਪਰ ਜਿੰਨੀਆਂ ਪਰਿਮੇਯ ਸੰਖਿਆ ਨੇ ਉਹ ਪ੍ਰਕਿਰਤਿਕ ਸੰਖਿਆਵਾਂ ਨਹੀਂ ਨੇ ਉਕੇ ਕੀ ਮਤਲਬ ਹੈ ਇਸ ਚੀਜ਼ ਦਾ ਹੁਣ ਆਪਾਂ ਇਸ ਚੀਜ਼ ਨੂੰ ਸਮਝਣ ਲਈ ਇਸ ਤੇ ਇੱਕ ਛੋਟੀ ਚੀਜ਼ ਲਿਖਦੇ ਹਾਂ ਤੁਸੀਂ ਵੇਖਦੇ ਹੋ ਪ੍ਰਕਿਰਤੀ ਕਲੀਮੇ ਇੱਕ ਛੋਟੀ ਜਿਹੀ ਇੱਕ ਬਾਕਸ ਬਣਾਇਆ ਠੀਕ ਹੈ ਜਿੰਦੇ ਪ੍ਰਕਿਰਤਿਕ ਪਈਆਂ ਪੂਰਨ ਲਈ ਥੋੜਾ ਇਹ ਵੱਡਾ ਕਰਤਾ ਸੰਪੂਰਨ ਲਈ ਥੋੜਾ ਹੋਰ ਵੱਡਾ ਕਰਤਾ ਤੇ ਪਰਿਮੇ ਲਈ ਸਭ ਤੋਂ ਵੱਡਾ ਹੋ ਗਿਆ ਸੋ ਜਿੰਨੀਆਂ ਵੀ ਪ੍ਰਕਿਰਤਿਕ ਪੂਰਨ ਤੇ ਸੰਪੂਰਨ ਸੰਖਿਆਵਾਂ ਉਹ ਸਾਰੀਆਂ ਦੀ ਸਾਰੀ ਪਰਿਮੇ ਸੰਖਿਆਵਾਂ ਹੋਣਗੀਆਂ ਮਤਲਬ ਆਪਾਂ ਇੱਧਰ ਲਿਖ ਸਕਦੇ ਹਾਂ 1 2 3 0.1 ਜਿਵੇਂ ਕਰ ਲੋ ਇਹਨੇ ਇੱਕ ਬ੍ਰੈਕ ਕਰ ਲੋ ਇਹਨੇ ਦੋ ਬ੍ਰੈਕ ਕਰ ਲੋ ਤਿੰਨ ਬ੍ਰੈਕ ਕਰ ਲੋ ਸੋ ਜਿੰਨੀਆਂ ਵੀ ਜਾਂ -1 ਸੋ ਜਿੰਨੀਆਂ ਵੀ ਪ੍ਰਕਿਰਤਿਕ ਸੰਖਿਆਵਾਂ ਨੇ ਉਹਨਾਂ ਨੂੰ ਵੀ ਇਹ ਪੂਰਨ ਸੰਖਿਆਵਾਂ ਨੇ ਸੰਪੂਰਨ ਸੰਖਿਆ ਨੇ ਉਹਨਾਂ ਨੂੰ ਆਪਾਂ ਪਰਿਮੇ ਲਿਖ ਸਕਦੇ ਹਾਂ ਠੀਕ ਹੈ ਪਰ ਜਿੰਨੇ ਵੀ ਪਰਿਮੇ ਹੈਗੀਆਂ ਉਹਨਾਂ ਨੂੰ ਸੰਪੂਰਨ ਪੂਰਨ ਨਹੀਂ ਪ੍ਰਕਿਰਿਤਿਕ ਨਹੀਂ ਕਰ ਸਕਦੇ ਇਹਨੂੰ ਸਮਝਣ ਲਈ ਤੁਸੀਂ ਇੱਕ ਬਾਕਸ ਨੂੰ ਜਿਵੇਂ ਦੇਖੋ ਕਿ ਇਹ ਛੋਟਾ ਬਾਕਸ ਹੈ ਇਸ ਤੋਂ ਥੋੜਾ ਵੱਡਾ ਇਸ ਤੋਂ ਵੱਡਾ ਤੇ ਇਹ ਸਭ ਤੋਂ ਵੱਡਾ ਹੈ ਹੁਣ ਸਾਰੇ ਜਿਹੜੇ ਛੋਟਾ ਇਹ ਪਹਿਲਾ ਦੂਜਾ ਤੀਜੇ ਨੰਬਰ ਵਾਲੇ ਜਿਹੜੇ ਬਾਕਸ ਨੇ ਚੌਥੇ ਨੰਬਰ ਵਾਲੇ ਜਿਹੜੇ ਸਭ ਤੋਂ ਵੱਡੇ ਬਾਕਸ 'ਚ ਫਿੱਟ ਆ ਜਾਣਗੇ ਠੀਕ ਹੈ ਪਰ ਚੌਥੇ ਬਾਕਸ ਵਾਲਾ ਚੌਥਾ ਜਿਹੜਾ ਬਾਕਸ ਹੈ ਉਹ ਤੀਜੇ 'ਚ ਤਾਂ ਫਿੱਟ ਆਣਾ ਨਹੀਂ ਹੋ ਠੀਕ ਹੈ ਤੇ ਤੀਜੇ ਵਾਲਾ ਬਾਕਸ ਦੂਜੇ 'ਚ ਫਿੱਟ ਨਹੀਂ ਆਣਾ ਤੇ ਦੂਜੇ ਵਾਲਾ ਬਾਕਸ ਪਹਿਲੇ 'ਚ ਫਿੱਟ ਨਹੀਂ ਆਣਾ ਠੀਕ ਹੈ ਤੇ ਉਲਟਾ ਕਰਕੇ ਵੀ ਦੇਖੀਏ ਕਿ ਦੇਖੋ ਇਹ ਸਾਰੇ ਬਾਕਸ ਇੰਦੇ ਚ ਫਿੱਟ ਆ ਸਕਦੇ ਨੇ ਠੀਕ ਹੈ ਪਰ ਆਹ ਵਾਲਾ ਤੀਜੇ ਚ ਫਿੱਟ ਆ ਜੇ ਪੋਸੀਬਲ ਹੀ ਨਹੀਂ ਹੈ ਕਿਉਂਕਿ ਇਹ ਤਾਂ ਵੱਡਾ ਹੈ ਛੋਟਾ ਇੰਦੇ ਚ ਵੀ ਨਹੀਂ ਆ ਸਕਦਾ ਇੰਦੇ ਚ ਵੀ ਨਹੀਂ ਆ ਸਕਦਾ ਓਵੇਂ ਹੀ ਸੰਪੂਰਨ ਵਾਲਾ ਪੂਰਨ ਚ ਫਿੱਟ ਨਹੀਂ ਆ ਸਕਦਾ ਓਵੇਂ ਹੀ ਪੂਰਨ ਵਾਲਾ ਪ੍ਰਕੀਤਿਕ ਚ ਫਿੱਟ ਨਹੀਂ ਆ ਸਕਦਾ ਸੋ ਤੁਸੀਂ ਇਸ ਬਾਕਸ ਦੀ ਪਿਕਚਰ ਦੇ ਦਿਮਾਗ ਚ ਰੱਖੋਗੇ ਤੁਹਾਨੂੰ ਬਿਲਕੁਲ ਕਨਫਿਊਜ਼ਨ ਨਹੀਂ ਹੋਏਗੀ ਹੁਣ ਆਪਾਂ ਇਸ ਬਾਕਸ ਦੀ ਪਿਕਚਰ ਨੂੰ ਆਪਾਂ ਪੜਦੇ ਆਂ ਇਹ ਆਪਾਂ ਕੀ ਕਹਿਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਪ੍ਰਕਿਰਤਿਕ ਪੂਰਨ ਤੇ ਸੰਪੂਰਨ ਸੰਖਿਆ ਨੇ ਉਹ ਸਾਰੀ ਪਰਿਮੇ ਸੰਖਿਆ ਦੇ ਡੱਬੇ ਚ ਆਉਂਦੀ ਹੈ ਨਾ ਇਸ ਕਰਕੇ ਸਾਰੀ ਪਰਿਮੇ ਸੰਖਿਆ ਹੈ ਪਰ ਜਿੰਨੀਆਂ ਵੀ ਪਰਿਮੇ ਸੰਖਿਆ ਹੈ ਉਹ ਜ਼ਰੂਰੀ ਨਹੀਂ ਕਿ ਉਹ ਸੰਪੂਰਨ ਹੋਣ ਕੋ ਕਿ ਪਰਿਮੇ ਸੰਖਿਆ ਵਾਲਾ ਡੱਬਾ ਬਹੁਤ ਵੱਡਾ ਉਹ ਤਾਂ ਸੰਪੂਰਨ ਚ ਫਿੱਟ ਨਹੀਂ ਆ ਨਾ ਸੋ اسی ਤਰ੍ਹਾਂ ਹੀ ਜਿੰਨੀਆਂ ਹੀ ਪਰਿਮੇ ਸੰਖਿਆ ਉਹ ਪੂਰਨ ਹੋਣੇ ਵੀ ਜ਼ਰੂਰੀ ਨਹੀਂ ਹੈ ਉਸੇ ਤਰ੍ਹਾਂ ਹੀ ਜਿੰਨੀਆਂ ਪਰਿਮੇ ਸੰਖਿਆ ਪ੍ਰਕਿਰਤਿਕ ਹੀ ਹੋਣ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਨਵਾਂ ਡੱਬਾ ਬਾਕਸ ਹੈ ਇਹਨੇ ਛੋਟੇ ਤਾਂ ਫਿੱਟ ਆਉਣਾ ਨਹੀਂ ਸੋ ਇਸ ਤਰ੍ਹਾਂ ਇਹਨੂੰ ਤਰਤੀਬ ਚ ਪ੍ਰਕਤਿਕ ਪੂਰਨ ਸੰਪੂਰਨ ਦੈਨ ਪਰਿਮੇ ਇਸ ਤਰਤੀਬ ਚ ਯਾਦ ਰੱਖਣਾ ਠੀਕ ਹੈ ਤੇ ਬਾਕਸ ਦੀ ਜਿਹੜੀ ਪਿਕਚਰ ਆਪਣੇ ਮਾਈਂਡ ਸੈੱਟ ਕਰਨਾ ਤੇ ਤੁਹਾਨੂੰ ਭੁਲੇਖਾ ਨਹੀਂ ਪਏਗਾ ਜਿਵੇਂ ਤੁਹਾਨੂੰ ਇੱਕ ਕੁਸ਼ਣ ਵਿੱਚ ਪੁੱਛ ਲਿਓਾਂ ਕਿ ਜਿੰਨੀਆਂ ਵੀ ਪੂਰਨ ਸੰਖਿਆ ਨੇ ਉਹ ਸੰਪੂਰਨ ਸੰਖਿਆ ਨੇ ਤੁਸੀਂ ਬਾਕਸ ਤੋਂ ਯਾਦ ਕਰੋਗੇ ਹਾਂ ਪੂਰਨ ਵਾਲਾ ਸਾਰਾ ਸੰਪੂਰਨ ਚਾਹੁੰਦਾ ਸੋ ਯੈਸ ਪਰ ਜੇ ਮੈਂ ਤੁਹਾਨੂੰ ਪੁੱਛਾਂ ਜਿੰਨੀਆਂ ਵੀ ਸੰਪੂਰਨ ਸੰਖਿਆਵਾਂ ਨੇ ਕੀ ਉਹ ਆਪਣੇ ਕੋਲ ਪ੍ਰਕਤ ਪੂਰਨ ਸੰਖਿਆਵਾਂ ਨੇ ਠੀਕ ਹੈ ਜਿੰਨੀਆਂ ਵੀ ਸੰਪੂਰਨ ਹੈ ਕੁਸ ਸੰਪੂਰਨ ਵਾਲਾ ਬਾਕਸ ਦਾ ਪੂਰਨ ਵਿੱਚ ਆ ਨਹੀਂ ਸਕਦਾ ਇਸ ਕਰਕੇ ਗਲਤ ਹੋ ਗਿਆ ਸੋ ਇਸ ਚੀਜ਼ ਦਾ ਤੁਸੀਂ ਇਹਨੂੰ ਧਿਆਨ ਦੇਣਾ ਹੋਪ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਹੋਵੇਗੀ ਆਓ ਅੱਗੇ ਆਪਾਂ ਪੜਦੇ ਹਾਂ ਸੋ ਇਹ ਆਪਣਾ ਪਹਿਲਾ ਕੁਸ਼ਨ ਹੈ ਕਿ ਚੂਜ਼ ਅ ਨੰਬਰ ਐਂਡ ਰਾਈਟ ਇਨ ਦਾ ਐਪਰੋਪ੍ਰੀਏਟ ਪਿਕਚਰ ਸੋ ਪਹਿਲੇ ਪ੍ਰਕਿਰਤਿਕ ਸੰਖਿਆਵਾਂ ਨੈਚੁਰਲ ਨੰਬਰਸ ਹੈ ਪੂਰਨ ਸੰਖਿਆ ਹੋਲ ਨੰਬਰਸ ਕਹਿੰਦੇ ਨੇ ਸੰਪੂਰਨ ਸੰਖਿਆਵਾਂ ਇੰਟੀਜਰਸ ਕਹਿੰਦੇ ਨੇ ਤੇ ਦਨ ਪਰਿਮੇ ਸੰਖਿਆ ਰੈਸ਼ੀਅਲ ਨੰਬਰਸ ਕਹਿੰਦੇ ਨੇ ਉਹ ਰੈਸ਼ੀਅਲ ਨੰਬਰਸ ਦਾ ਸਾਰੇ ਸਾਰੀ ਜਿਹੜੀ ਇਹਨਾਂ ਦਿੱਤੀਆਂ ਹੋਈਆਂ ਸਾਰੀਆਂ ਆ ਜਾਣਗੀਆਂ 3,4 بڑا 5 2,0 -8 7,-1 بڑا 5 ਮਤਲਬ ਜਿੰਨੀਆਂ ਦਿੱਤੀਆਂ ਹੈ ਇਹ ਸਾਰੀਆਂ ਦੀ ਸਾਰੀਆਂ ਇਸ ਡੱਬੇ ਚ ਆ ਜਾਣਗੀਆਂ ਕਿਉਂਕਿ ਇਹ ਤਾਂ ਪ੍ਰਕਿਰਤੀ ਦੀ ਹੈ ਪੂਰਨ ਦਿੱਤੀ ਹੈ ਸੰਪੂਰਨ ਦਿੱਤੀਆਂ ਤੇ ਆਪਾਂ ਪਿੱਛੇ ਹੀ ਅਜੇ ਪੜ ਕੇ ਆਏ ਆ ਕਿ ਪੂਰ ਪਰਿਮੇ ਸੰਖਿਆ ਚ ਸਾਰੇ ਡੱਬੇ ਆ ਜਾਣਗੇ ਸੋ ਜਿੰਨੀਆਂ ਵੀ ਇਹ ਸੰਖਿਆ ਸਾਰੀਆਂ ਪਰਿਮੇ ਵੀ ਕਹਿ ਸਕਦੇ ਆ ਇਸ ਕਰਕੇ ਆਪਾਂ ਇਹਨੂੰ ਪਾ ਲਈਏ ਹੁਣ ਗੱਲ ਕਰਦੇ ਆ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਜਿਹੜੀਆਂ ਆਪਣੇ ਕੋਲ ਹੁੰਦੀਆਂ ਹੈ ਉਹਦੇ ਚ ਆਪਾਂ ਮਾਈਨਸ ਵਾਲੇ ਆ ਜਾਂਦੇ ਨੇ ਜ਼ੀਰੋ ਆ ਜਾਂਦੀ ਹੈ ਤੇ ਪਲੱਸ ਵਾਲੇ ਆਪਣੇ ਕੋਲ ਆ ਜਾਂਦੇ ਨੇ ਠੀਕ ਹੈ ਹੁਣ ਆਪਣੇ ਕੋਲ ਤਿੰਨ ਤਿੰਨ ਆਏਗਾ ਬਿਲਕੁਲ ਫਿਰ ਦੋ ਦੋ ਵੀ ਆਏਗਾ ਠੀਕ ਹੈ ਥੋੜਾ ਨੇੜੇ ਵੇਖਦੇ ਆ ਫਿਰ ਜ਼ੀਰੋ 4/5 ਨਹੀਂ ਆਏਗਾ 4/5 ਕਿਉਂ ਨਹੀਂ ਆਏਗਾ ਕਿਉਂਕਿ 4/5 ਪਰਿਮੇਸ਼ ਸੰਖਿਆ ਹੈ ਤੇ ਪਰਿਮੇਸ਼ੰਖਿਆ ਜਿਹੜੀ ਹੈਗੀ ਉਹਦਾ ਡੱਬਾ ਵੇਖੋ ਵੱਡਾ ਹੈ ਤੇ ਉਹ ਸੰਪੂਰਨ ਸੰਖਿਆ ਵਾਲੇ ਡੱਬੇ ਚ ਨਹੀਂ ਆ ਸਕਦਾ ਲੇਕਿਨ ਸੰਪੂਰਨ ਦਾ ਆ ਸਕਦਾ ਸੀ ਪ੍ਰਸ਼ਟਮ ਆਪਾਂ ਕੀ ਕਰਦੇ ਪਿਆ ਸੰਪੂਰਨ ਸੰਖਿਆਵਾਂ ਲਿਖ ਰਿਹਾ ਸੋ ਸੰਪੂਰਨ ਸੰਖਿਆ ਚ ਪਰਿਮੇਸ਼ੰਖਿਆ ਤਾਂ ਨਹੀਂ ਆ ਆ ਨਹੀਂ ਸਕਦੀ ਕਿਉਂਕਿ ਪਰਿਮੇਸ਼ੰਖਿਆ ਵਾਲਾ ਡੱਬਾ ਉਹਦੇ ਚ ਫਿੱਟ ਨਹੀਂ ਹੁੰਦਾ ਸੋ ਆਪਣੇ ਕੋਲ 3 2 ਇਧਰ ਆਪਣੇ ਕੋਲ ਕੀ ਆ ਗਿਆ ਫਿਰ 0 ਆ ਗਿਆ ਫਿਰ ਆਪਣੇ ਕੋਲ -8 ਆ ਗਿਆ ਫਿਰ ਆਪਣੇ ਕੋਲ 7 ਆ ਗਿਆ ਇਹ ਆਪਣੇ ਕੋਲ ਆ ਗਿਆ ਫਿਰ -1/5 ਇਹ ਪਰਿਮੇਯ ਸੰਖਿਆ ਹੈ ਪਰਿਮੇਯ ਸੰਖਿਆ ਵਾਲਾ ਡੱਬਾ ਸਭ ਤੋਂ ਵੱਡਾ ਹੈ ਤੇ ਸੰਪੂਰਨ ਦਸੋਂ ਛੋਟਾ ਤੇ ਵੱਡਾ ਡੱਬਾ ਆਪਣੇ ਤੋਂ ਛੋਟੇ ਤੋਂ ਪੂਰ ਫਿੱਟ ਨਹੀਂ ਆ ਸਕਦਾ ਠੀਕ ਹੈ ਇਸ ਤਰ੍ਹਾਂ ਯਾਦ ਰੱਖਣਾ ਦੈਨ ਆ ਗਿਆ ਪੂਰਨ ਸੰਖਿਆਵਾਂ ਪੂਰਨ ਸੰਖਿਆ ਉਹ ਹੀ ਜਿਹੜਾ ਆਪਾਂ ਪਿੱਛੇ ਕੀਤਾ ਸੀ ਤੁਸੀਂ ਦੇਖੋ ਇਸ ਡੱਬੇ ਨੂੰ ਜ਼ਰੂਰ ਤੁਸੀ ਯਾਦ ਕਰ ਲੈਣਾ ਠੀਕ ਹੈ ਪੂਰਨ ਸੰਖਿਆ ਜਿੰਨੇ ਚ 1 2 3 ਨਾਲ 0 ਲੱਗੀ ਹੋਵੇ ਉਸ ਦਾ 0 ਵਾਲੀ ਤੇ ਜਮਾ ਵਾਲੀ ਇਤਨਾ ਆਪਾਂ ਜਿਹੜੇ ਸੰਖਿਆਵਾਂ ਹੋਂ ਸੋ 3 ਆਏਗਾ ਜੀ ਪੂਰਨ ਚ ਠੀਕ ਹੈ 4/5 ਨਹੀਂ ਆਏਗਾ 2 ਆਏਗਾ 0 ਆਏਗਾ -8 ਨਹੀਂ ਆਏਗਾ 7 ਆਏਗਾ ਪੂਰਨ ਸੰਖਿਆਵਾਂ ਵਿੱਚ ਆਪਣੇ ਕੋਲ ਠੀਕ ਹੈ ਕਿਉਂ ਹੁਣ -1.5 ਨਹੀਂ ਆਏਗਾ ਜਾਂ ਇਹਨੂੰ ਦੂਜੇ ਤਰੀਕਿਆਂ ਨਾਲ ਵੇਖੋ ਹੁਣ ਸੰਪੂਰਨ ਡੱਬਾ ਵੱਡਾ ਸੀ ਉਹ ਪੂਰਨ ਚ ਨਹੀਂ ਸੈੱਟ ਆ ਸਕਦਾ ਜੀ ਪ੍ਰਾਇਮੇਰੀ ਡੱਬਾ ਹੋਰ ਵੱਡਾ ਸੀ ਉਹ ਪੂਰਨ ਚ ਨਹੀਂ ਸੈੱਟ ਆ ਸਕਦਾ ਜੀ ਠੀਕ ਹੈ ਸੋ ਇਸ ਤਰ੍ਹਾਂ ਆਪਾਂ ਯਾਦ ਰੱਖਣਾ ਹੈ ਹੁਣ ਲਾਸਟ ਸਪਰਕੀਤਿਕ ਸੰਖਿਆ ਉਹ ਹੀ 1 2 3 ਵਾਲੀਆਂ ਸੋ ਇਹਦੇ 3 ਹੈਗਾ ਹੈ 2 ਹੈਗਾ ਹੈ तो साते हैं ये अपने को प्रकृतिक संख्या है ठीक है इनकी कॉपी अपना उतार लेना है हूँ अगला आपका जोड़ा है सवाल करते हैं वह कहें कि राइट डर टाइप्स ऑफ नंबर इन सर्कल्ड इन द गिवन फिगर इन्हें टाइप दसो देखो जो दे माइनस तीन बड़ा दो है येन के रूप आ गई बटे से रूप से आ गई सो इन आप परिमय संख्या परिमय संख्या ठीक है तीन माइनस तीन बड़ा दो कि परिमय संख्या होगी ਮਾਈਨ 0.2 2 ਇਹਨੂੰ ਪੁਆਇੰਟ ਤੋਂ ਲਾਂਗੇ 2 10 ਇਹਨੂੰ ਪਰਿਮੇ ਕਹਿ ਸਕਦੇ ਆ ਪਰਿਮੇ ਸੰਖਿਆ ਦਸ਼ਮਲਵ ਰੂਪ ਚ ਸ਼ੋ ਕੀਤੀ ਹੋਈ ਹੈ ਸੋ ਇਹ ਵੀ ਪਰਿਮੇ ਸੰਖਿਆ ਹੈ ਪਰਿਮੇ ਸੰਖਿਆ ਠੀਕ ਹੈ ਸੋ ਦੈਨ √2 √2 ਜਿਹੜਾ ਹੈਗਾ ਹੈ ਇਹ ਪਰਿਮੇ ਨਹੀਂ ਅਪਰਿਮੇ ਜਿੰਨੀਆਂ ਵੀ √ ਵਾਲੀਆਂ ਸੰਖਿਆ ਹੈ ਉਹ ਆਪਾਂ ਅਪਰਿਮੇ ਸੰਖਿਆ ਚ ਸ਼ੋ ਕਰਨੀਆਂ ਹੈ ਜਿੰਨੀਆਂ ਵੀ √ ਵਾਲੀਆਂ ਸੰਖਿਆ ਹੈ ਠੀਕ ਹੈ ਸੋ ਇਹ ਤਿੰਨਾ ਬਾਰੇ ਮੈਂ ਤੁਹਾਨੂੰ ਦੱਸਤਾ ਹੁਣ ਆਪਾਂ ਅੱਗੇ ਚੱਲਦੇ ਆਂ ਇਸ ਡੱਬੇ ਚ ਕਿੰਦਾ ਹਰ ਇੱਕ ਦੀ ਐਗਜ਼ਾਮਪਲ ਦੋ ਸੋ ਪ੍ਰਕਿਰਤਿਕ ਸੰਖਿਆ ਦੇ ਐਗਜ਼ਾਮਪਲ ਉੱਪਰ ਜਿਹੜੇ ਹੈਗੇ ਆਪਣੇ ਪਹਿਲੇ ਸਵਾਲ 'ਚ ਤੁਸੀਂ ਉੱਥੋਂ ਲਿਖ ਸਕਦੇ ਹੋ ਪੂਰਨ ਸੰਖਿਆ ਦੇ ਵੀ ਐਗਜ਼ਾਮਪਲ ਤੁਸੀਂ ਪਹਿਲੇ ਸਵਾਲ 'ਚ ਲਿਖ ਸਕਦੇ ਹੋ ਤੇ ਸੰਪੂਰਨ ਸੰਖਿਆਵਾਦੀ ਵੀ ਐਗਜ਼ਾਮਪਲ ਤੁਸੀਂ ਪਹਿਲੇ ਸਵਾਲ 'ਚ ਦਿੱਤੀਆਂ ਹੋਈਆਂ ਇੱਥੋਂ ਪਾਰ ਸਕਦੇ ਹੋ ਸੇਮ ਡਿੱਟੋ ਕੋਈ ਗੱਲ ਨਹੀਂ ਹੈ ਫਿਰ ਪਰਿਮੇਯ ਸੰਖਿਆ ਦੀਆਂ ਵੀ ਐਗਜ਼ਾਮਪਲਾਂ ਵੀ ਤੁਸੀਂ ਇਸ ਸਵਾਲ 'ਚੋਂ ਪਾਰ ਸਕਦੇ ਹੋ ਉਹਨਾਂ ਗੱਲ ਆ ਗਈ ਹੈ ਅਪਰੀਮੇ ਸੰਖਿਆ ਦੇ ਐਗਜ਼ਾਮਪਲਸ ਤੁਸੀਂ ਕਿੱਥੋਂ ਪਰੋਗੇ ਅਪਰੀਮੇ ਅਪਰੀਮੇ ਜਿਨੀ ਵੀ ਤੁਹਾਨੂੰ ਮੈਂ ਉਹਨਾਂ ਦੱਸ ਕੇ ਟੈਨ ਰੂਟ ਵਾਲੀਆਂ ਜਿੰਨੀਆਂ ਵੀ ਰੂਟ ਵਾਲੀਆਂ √2 3 ਹੋ ਗਿਆ √2 ਹੋ ਗਿਆ ਜਿੰਦਾ ਰੂਟ ਨਾ ਨਿਕਲਦਾ ਹੋਵੇ ਠੀਕ ਹੈ ਅਗੋ ਵਰਗਮੂਲ ਜਿਹੜਾ ਹੈਗਾ ਪੂਰਾ ਪੂਰਾ ਨਾ ਜਾਂਦਾ ਹੋਵੇ √5 ਜਿਹਨੂੰ ਪੂਰਨ ਵਰਗਮੂਲ ਹੈ ਉਹ ਆਪਾਂ ਨਾ ਹੁੰਦਾ ਵੇ ਪੂਰਨ ਵਰਗ ਸੋਰੀ ਜਿਹੜਾ ਨਾ ਹੁੰਦਾ ਹੋਵੇ √5 √7 ਜਾਂ π π ਵੀ ਆਪਣੇ ਆਪ ਚ ਇੱਕ ਅਪਰੀਮੇ ਸੰਖਿਆ ਹੈ ਇਹਦਾ ਜਿਹੜਾ ਦਸ਼ਮਲਵ ਵਿਸਤਾਰ ਰੂਪ ਹੈ ਉਸ ਕਰਕੇ ਹੁੰਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਠੀਕ ਹੈ ਸੋ ਇਹ ਹੋ ਗਿਆ ਆਪਣੇ ਕੋਲ ਅਪਰੀਮੇ ਸੰਖਿਆ ਹੋ ਗਿਆ ਹੁਣ ਇੱਥੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਪੂਰਨ ਸੰਖਿਆ ਤੇ ਅ ਅਪ ਅ ਸੋਰੀ ਪਰਿਮੇ ਸੰਖਿਆ ਤੇ ਅਪਰੀਮੇ ਸੰਖਿਆ ਦੋਨਾਂ ਨੂੰ ਮਿਲਾ ਕੇ ਇਹ ਸਾਰਿਆਂ ਨੂੰ ਇਕੱਠੇ ਕਹਿੰਦੇ ਨੇ ਵਾਸਤਵਿਕ ਸੰਖਿਆਵਾਂ ਜੇ ਮੈਂ ਪੂਰੇ 3 ਨੰਬਰ ਵਾਲਾ ਆਹ ਵਾਲੇ ਡੱਬੇ ਦੀ ਗੱਲ ਕਰਾਂ ਪਰਿਮੇ ਸੰਖਿਆ ਤੇ ਅਪਰੀਮੇ ਸੰਖਿਆ ਦੀ ਗੱਲ ਕਰਾਂ ਤੇ ਪਰਿਮੇ ਸੰਖਿਆ ਤੇ ਅਪਰੀਮੇ ਸੰਖਿਆ ਨੂੰ ਮਿਲਾ ਕੇ ਇਹਨੂੰ ਮੈਂ ਕਹਾਂਗਾ ਵਾਸਤਵਿਕ ਸੰਖਿਆਵਾਂ वासत विक संख्या बारे आप हमने पढ़ा एक कंसैप्ट मैं थोड़ा है पहला दसता है वास्तविक संख्यावान ओके हूँ अगर चलते हैं सो so, एक क्वेश्चन अपना पेपर से काफ़ी पूछते रहे बारे में गल की हम आप बिल्कुल डबैद के रूप जिम्मे पिछे किया उमें करा तो एक कहना पहला कहना हरेक पूरन संख्या एक प्रकृतिक संख्या होंगी है हरेक पून संख्या त्या पहले पूरन फिर कहते प्रकृतिक होंगी है देखो जी इधर आए डब्बे कि पून संख्या वाला डब्बा प्रकृतिक आ सदा दसो प्रकृतिकता पूरन आ है पर उन्होंने नहीं पूछा कि हरेक प्राकृतिक पूर्ण होते उन्हें पूछे हरेक पूरन संख्या प्रकृतिक होंगी है सो तो येखो जस्ट प पूरन वाला डब्बा प्रकृतिक आ सद नहीं आ सदा ना सो तो पहला की हो गया अपने को गलत नहीं जी गलत हो गया ठीक है सो पहला अपने को गया ट्रूफास अपने को गलत हो गया है दूजा हरेक परिमेय संख्या एक संपूर्ण संख्या होंगी है पहले परिमेय की गल करता है फिर कहें संपूर्ण है ਸੋ ਹਰੇਕ ਪਰਿਮੇਯ ਸੰਖਿਆ ਹਰੇਕ ਪਰਿਮੇਯ ਸੰਖਿਆ ਕਿਸਮਪੂਰਨ ਹੋ ਸਕਦੀ ਹੈ ਦੇਖੋ ਡੱਬੇ ਚ ਨਹੀਂ ਹੋ ਸਕਦੀ ਕਿਉਂਕਿ ਪਰਿਮੇਯ ਸੰਖਿਆ ਵਾਲਾ ਡੱਬਾ ਇੰਨਾ ਵੱਡਾ ਉਹ ਸੰਪੂਰਨ ਡੱਬੇ ਚ ਫਿੱਟ ਆਣਾ ਹੀ ਨਹੀਂ ਸੋ ਹਰੇਕ ਪਰਿਮੇਯ ਸੰਖਿਆ ਸੰਪੂਰਨ ਨਹੀਂ ਹੁੰਦੀ ਸੋ ਆਪਣਾ ਇਹ ਵੀ ਅਕੀ ਹੋ ਗਿਆ ਗਲਤ ਹੋ ਗਿਆ ਥਰਡ ਹੈ ਗਿਆ ਆਪਣੇ ਕੋਲ ਹਰੇਕ ਅਪਰਿਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ ਹੁਣੇ ਮੈਂ ਤੁਹਾਨੂੰ ਦੱਸਿਆ ਕਿ ਪਰਿਮੇਯ ਤੇ ਅਪਰਿਮੇਯ ਦੋਨਾਂ ਨੂੰ ਮਿਲਾ ਕੇ ਆਪਣੇ ਕੋਲ ਵਾਸਤਵਿਕ ਸੰਖਿਆ ਵਾਲਾ ਡੱਬਾ ਬਣਦਾ ਸੋ ਜਿੰਨੀਆਂ ਵੀ ਅਪਰਿਮੇਯ ਹੋਣਗੀਆਂ ਉਹ ਵਾਸਤਵਿਕ ਸੰਖਿਆਵਾਂ ਆਪਣੇ ਕੋਲ ਜਿਹੜਾ ਹੈਗਾ ਹੈ ਉਹਦੇ ਵਿੱਚ ਉਹਦੇ ਵਿੱਚ વાસ્તਵੀ ਸੰਖਿਆ ਹੋਵੇਗੀ ਕਿਉਂਕਿ ਪਰਿਮੇ ਸੰਖਿਆ ਅਪਰਿਮੇ ਸੰਖਿਆ ਵਾਸਵੀ ਸੰਖਿਆ ਦਾ 파ਟ ਹੈ ਸੋ ਤੀਸਰਾ ਆਪਣੇ ਕੋਲ ਸਹੀ ਹੋ ਗਿਆ ਠੀਕ ਹੈ ਜੀ ਹੁਣ ਆਜੋ ਹੋਮ ਅਸਾਈਨਮੈਂਟ ਦਾ ਆਪਣਾ ਪਹਿਲਾ ਆਪਣਾ ਕਰਦੇ ਆ ਇੱਕ ਵਾਰੀ ਇਹਨੂੰ ਦੇਖ ਲਓ ਤੁਸੀਂ ਸਾਰੇ ਇਹ ਤੁਹਾਨੂੰ ਮੈਂ ਸਾਰੇ ਦਿਖਾ ਲੈਂਦਾ ਜੇ ਕਿਸੇ ਦੇ ਕੋਈ ਨਾ ਵੀਡੀਓਜ਼ ਕੁਝ ਕਲੀਅਰ ਆਇਆ ਵੇ ਸੋ ਇੱਕ ਵਾਰੀ ਮੈਂ ਤੁਹਾਨੂੰ ਸਹੀ ਆਨਸਰ ਫੇਰ ਦਿਖਾ ਰਿਹਾ ਇਹਨੂੰ ਵੀਡੀਓ ਨੂੰ ਪੋਸਟ ਕਰਕੇ ਤੁਸੀਂ ਉਤਾਰ ਸਕਦੇ ਹੋ ਹੁਣ ਆਜੋ ਆਪਾਂ ਹੋਮ ਅਸਾਈਨਮੈਂਟ ਤੇ ਹੋਮ ਅਸਾਈਨਮੈਂਟ ਤੇ ਉਹ ਹੀ ਸਭ ਤੋਂ ਪਹਿਲਾਂ ਆਪਾਂ ਪਿੱਛੋਂ ਸ਼ੁਰੂ ਕਰਦੇ ਹਾਂ ਠੀਕ ਹੈ ਆਪਾਂ ਭਰਦੇ ਹਾਂ 6 ਬੜਾ 11 ਬਿਲਕੁਲ ਪੜਾਂਗੇ ਫਿਰ ਦੂਜੇ ਨੰਬਰ ਤੇ 27 ਹੈ ਉਹ ਵੀ ਆਏਗਾ ਇਹਦੇ ਚ ਫਿਰ ਪੂਰਨ ਸੰਪੂਰਨ ਪਰਿਮੇ ਸਾਰੀਆਂ ਇਹਦੇ ਸੌਰੀ ਪ੍ਰਕਿਰਤਿਕ ਪੂਰਨ ਸੰਪੂਰਨ ਸਾਰੀਆਂ ਪਰਿਮੇ ਚ ਆਉਣਗੇ ਆਪਾਂ ਪਿੱਛੋਂ ਮਿੰਟ ਬਾਕਸ ਵਾਲਾ ਪੜਿਆ ਸੀ -40 ਆਪਣੇ ਕੋਲ ਆਏਗਾ -1 ਬੜਾ 5 ਆਏਗਾ ਅ ਜੀਰੋ ਵੀ ਆਏਗਾ ਤੇ 14235 ਵੀ ਆਪਣੇ ਕੋਲ ਪਰਿਮੇ ਸੰਖਿਆ ਵਿੱਚ ਆਏਗਾ ਹੁਣ ਆ ਗਈ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਜਿਨ੍ਹਾਂ ਵਿੱਚ ਮਾਈਨਸ ਵਾਲੇ ਜ਼ੀਰੋ ਤੇ ਪਲੱਸ ਵਾਲੇ ਮਤਲਬ ਤਿੰਨੋਂ ਚੀਜ਼ਾਂ ਆਉਂਦੀਆਂ ਜ਼ੀਰੋ ਵੀ ਆਉਂਦੀ ਹੈ ਧਨਾਤਮਕ ਤੇ ਰਿਨਾਤਮਕ ਵੀ ਆਪਣੇ ਕੋਲ ਆਉਂਦੇ ਨੇ ਲੇਕਿਨ ਭਟੇ ਵਾਲੇ ਨਹੀਂ ਆਉਂਦੇ ਨੇ ਕਿਉਂਕਿ ਹਰ ਇੱਕ ਪਰਿਮੇ ਸੰਪੂਰਨ ਨਹੀਂ ਹੁੰਦੀ ਹੈ ਠੀਕ ਹੈ ਸੋ ਆਪਾਂ ਇਹਦੇ ਵਿੱਚ ਦੇਖਦੇ ਹਾਂ ਇਹਦੇ ਵਿੱਚ ਕੀ ਆ ਜਾਏਗਾ 27 ਆ ਜਾਏਗਾ 6 ਬੜਾ 11 ਨਹੀਂ ਆਏਗਾ -40 ਆ ਜਾਏਗਾ -1/5 ਨਹੀਂ आएगी परिमेय संख्या 0 आ, आ जाएगा ਤੇ 14235 ਵੀ ਇਹਦੇ ਵਿੱਚ ਆਪਣੇ ਕੋਲ ਆ ਜਾਏਗਾ ਹੁਣ ਪੂਰਨ ਸੰਖਿਆ ਪੂਰਨ ਸੰਖਿਆ ਹੋਈ ਜਿਨੇ ਚ ਆਪਣੇ ਕੋਲ ਧਨਾਤਮਕ ਤੇ ਨਾਲ ਇੱਕ 0 ਹੁੰਦੀ ਹੈ ਸੋ ਇਹ ਪਹਿਲੀ ਪਰਿਮੇ ਨਹੀਂ ਆਏਗਾ 27 ਆਏਗਾ -40 ਨਹੀਂ ਆਏਗਾ ਕਿਉਂਕਿ ਨੇ ਧਨਾਤਮਕ ਚਾਹੀਦਾ ਫਿਰ -1/5 ਪੈਣਾ ਨਹੀਂ ਆਏਗਾ 0 ਆਏਗਾ ਤੇ ਫਿਰ 14235 ਇਹ ਧਨਾਤਮਕ ਹੈ ਇਹ ਆਏਗਾ ਆਏਗਾ ਠੀਕ ਹੈ ਜੀ ਦੇਨਾਂ ਆ ਕੇ ਪ੍ਰਕਿਰਤੀਕ ਸੰਖਿਆ ਪ੍ਰਕਿਰਤੀਕ ਸੰਖਿਆ ਚ ਆਪਾਂ ਨੂੰ ਪਤਾ ਹੈ 1 2 3 4 5 6 ਸਾਰੀ ਇਸ ਤਰ੍ਹਾਂ ਗਿਣਤੀ ਆਉਂਦੀ ਹੈ ਜ਼ੀਰੋ ਵਗੈਰਾ ਨਹੀਂ ਆਉਂਦੀ ਮਾਈਨਸ ਵਾਲੀਆਂ ਨਹੀਂ ਆਉਂਦੀਆਂ ਪੈਨ ਨਹੀਂ ਆਉਂਦੀਆਂ ਸੋ ਇਸ ਕਰਕੇ 6/11 ਨਹੀਂ ਆਏਗਾ 27 ਆਏਗਾ ਇਹਦੇ ਚ ਮਾਈਨਸ 40 ਨਹੀਂ ਆਏਗਾ ਕਿਉਂਕਿ ਤਨਾਤਮਕ ਚਾਹੀਦੀ ਹੈ ਪੈਨ -1/5 ਨਹੀਂ ਆਏਗੀ ਜ਼ੀਰੋ ਵੀ ਨਹੀਂ ਆਏਗੀ ਜ਼ੀਰੋ ਪੂਰਨ ਚ ਆਉਂਦੀਆਂ ਤੇ ਪੂਰਨ ਤੋਂ ਸ਼ੁਰੂ ਹੁੰਦੀਆਂ ਤੇ 14235 ਇਹਦੇ ਚ ਆਏਗਾ ਠੀਕ ਹੈ 14235 ਇਹਦੇ ਚ ਆਏਗਾ ਸੋ ਇਹ ਆਪਣਾ ਪਹਿਲਾ ਹੋ ਗਿਆ ਇਹਨੂੰ ਵੀਡੀਓ ਨੂੰ ਪੋਸਟ ਕਰਕੇ ਤੁਸੀਂ ਇਹਨੂੰ ਲਿਖ ਸਕਦੇ ਹੋ ਠੀਕ ਹੈ ਹੁਣ ਆਪਣੇ ਕੋਲ ਅੱਗੇ ਚੱਲਦੇ ਆਂ ਦੂਸਰਾ ਸਵਾਲ ਆਪਣੀ ਹੋਮ ਅਸਾਈਨਮੈਂਟ ਦਾ ਫਿਲ ਇਨ ਦਾ ਅਪਰੋਪਰੀਟ ਬਾਕਸ ਸਾਈਡ ਬੇਜ ਪਰ ਉਹ ਕਿਹੜੀਆਂ ਪਰਿਮੇ ਨੇ ਤੇ ਕਿਹੜੀਆਂ ਅਪਰਿਮੇ ਨੇ ਚਲੋ ਆਪਾਂ ਸਟਾਰਟ ਕਰਦੇ ਹਾਂ √4 ਵੇਖੋ √4 ਜਿਹੜਾ ਸਕੁਅਰ ਰੂਟ ਹੈ ਇਹਦਾ ਵਰਗਮੂਲ ਨਿਕਲਦਾ ਹੈ ਇਹਦਾ ਵਰਗਮੂਲ ਕੀ ਹੁੰਦਾ 2 ਸੋ ਵਰਗਮੂਲ 2 ਹੋ ਗਿਆ ਜਿਹੜਾ 2 ਹੁੰਦਾ ਹੈ ਉਹ ਆਪਣੇ ਕੋਲ ਪਰਿਮੇ ਹੁੰਦੀ ਹੈ ਕਿਉਂਕਿ ਪਰਿਮੇ ਦੀ ਸੰਖਿਆ ਦਾ ਆਪਾਂ ਨੇ ਭਾਵੇਂ ਨਹੀਂ ਭਰਿਆ ਸੀ ਕਿ ਡੱਬਾ ਬਹੁਤ ਵੱਡਾ ਹੈ ਇਹਦੇ ਵਿੱਚ ਸਾਰੀਆਂ ਪੂਰਨ ਸੰਪੂਰਨ ਪ੍ਰਕ੍ਰਿਤਿਕ ਆਗੀਆਂ ਸੋ 2 ਕੀ ਆ ਆਪਣੇ ਕੋਲ ਪਰਿਮੇ ਸੰਖਿਆ ਜਿਹੜੀ ਹੈਗੀ ਆ आएगी ਆਏ 6/7 ਪੈਨ ਇਹ ਵੀ ਪਰਿਮੇ ਸੰਖਿਆ ਦੇ ਪਾਠ ਚ ਆਪਣੇ ਕੋਲ ਆਏਗਾ √3 √3 ਦਾ ਆਪਣੇ ਕੋਲ ਅੱਗੇ ਪੂਰਨ ਵਰਗ ਨਹੀਂ ਹੈਗਾ ਹੈ ਇਹਦਾ ਵਰਗਮੂਲ ਪੁਆਇੰਟਾ ਚ ਆਏਗਾ ਇਸ ਕਰਕੇ ਇਹਨੂੰ ਆਪਾਂ ਅਪਰਿਮੇ ਸੰਖਿਆ ਇਹਨੂੰ ਕਹਿੰਨੇ ਹਾਂ ਦੈਨ n ਇੱਕ ਕੋਈ ਵੀ ਨੰਬਰ ਹੋਏਗਾ ਕੋਈ ਵੀ ਇੱਕ ਨੰਬਰ ਹੋਏਗਾ ਪਰ ਇਹਨੇ ਦੱਸਿਆ ਨਹੀਂ ਕਿ ਜਮਾ ਮਾਈਨਸ ਦਾ ਕੀ ਨੰਬਰ ਹੈ ਇਹਨੂੰ ਛੱਡ ਦਵੋ ਠੀਕ ਹੈ ਕਿਆ ਨਾ ਹਮੇਸ਼ਾ ਜਮਾਦਾ ਦੇਗਾ ਜਾਂ ਜਾਂ ਚਲੋ ਜਰ ਚਲੋ ਐਨ ਜਮਾਦਾ ਵੀ ਰਹੇਗਾ ਮਾਈਨਸ ਵੀ ਰਹੇਗਾ ਇੰਦੇ ਚ ਹੀ ਆਏਗਾ ਪਰਿਮੇ ਪਰਿਮੇ ਚ ਹੀ ਆਏਗਾ ਐਨ ਕੋਈ ਵੀ ਨੰਬਰ ਹੋਵੇਗਾ ਜਮਾਦਾ ਵੀ ਹੋਵੇ ਮਾਈਨਸ ਦਾ ਵੀ ਹੋਵੇ ਜ਼ੀਰੋ ਵੀ ਕਿਉਂ ਨਾ ਆਵੇ ਪਰਿਮੇ ਚ ਹੀ ਆਏਗਾ √7 √7 ਦਾ ਕੋ ਜਿਹੜਾ ਆਪਣਾ ਜਦੋਂ ਆਪਾਂ ਵਰਗਮੂਲ ਨਹੀਂ ਨਿਕਲਦਾ ਹੈ ਵਰਗਮੂਲ ਪੁਆਇੰਟਾ ਚ ਆਏਗਾ ਇਸ ਕਰਕੇ √7 ਵੀ ਅਪਰਿਮੇ ਸੰਖਿਆ ਆਪਣੇ ਕੋਲ ਹੋ ਗਿਆ ਤੇ √36 36 ਦਾ ਵਰਗਮੂਲ ਤੁਹਾਨੂੰ ਪਤਾ ਹੈ ਕੀ ਹੁੰਦਾ 6 ਸੋ 6 ਆ ਗਿਆ ਮਤਲਬ ਇਕੱਲਾ ਨੰਬਰ 6 ਆ ਗਿਆ ਸੋ ਇਹ ਕੀ ਪਰਿਮੇ ਸੰਖਿਆ ਦਾ 파ਟ ਆ ਗਿਆ ਸੋ ਇਹ ਆਪਣੇ ਕੋਲ ਸਵਾਲ ਹੋ ਗਿਆ ਤੇ ਲਾਸਟ ਦੇ ਆਪਣੇ ਕੋਲ ਇਹਨਾਂ ਨੇ ਦਿੱਤਾ ਹੈ ਰੀਅਲ ਨੰਬਰ ਸਿਸਟਮ ਜਿੰਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਸੋ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਬਿਲਕੁਲ স্মॉल ਜਿਹਾ ਬਹੁਤ ਘੱਟ ਸਪੇਸ ਦਿੱਤੀ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਨਾਲ-ਨਾਲ ਲਿਖ ਲੈਣਾ ਇਹ ਆਪਣੇ ਕੋਲ ਪ੍ਰਕ੍ਰਿਤਿਕ ਸੰਖਿਆ ਹੈ ਪ੍ਰਕ੍ਰਿਤਿਕ ਠੀਕ ਹੈ ਕਿਉਂਕਿ 1 2 3 4 5 6 7 ਹੈ ਫਿਰ ਜ਼ੀਰੋ ਵਿੱਚ ਜਦੋਂ ਪਾ ਗਈਆਂ ਇਹਦੇ ਨਾਲ ਤੇ ਬਣ ਗਈ ਪੂਰਨ ਠੀਕ ਹੈ ਤੇ ਜਦੋਂ ਮਾਈਨਸ ਵਾਲੀਆਂ ਵੀ ਵਿੱਚ ਪੈ ਗਈਆਂ ਇਹ ਬਣ ਗਈ ਸੰਪੂਰਨ ओके होप ਤੁਹਾਨੂੰ ਕਲੀਅਰ ਹੋਏਗਾ ਤੇ ਜਦੋਂ ਇਹ बटेਵਲੀਆਂ ਵੀ ਆਪਣੀਆਂ ਆਪਾਂ ਪਾਤੀਆਂ ਤੇ ਬਣੀਆਂ ਪਰਿਮੇ ਸੋ ਦੇਖੋ ਪਰਿਮੇ ਦਾ ਚੱਕਰ ਸਭ ਤੋਂ ਵੱਡਾ ਹੈ ਪਰਿਮੇ ਸਾਰੇ ਆ ਸਕਦੇ ਨੇ ਪਰ ਆਪਰਕੀਤਿਕ ਪਰਿਮੇ ਚ ਨੂੰ ਨਹੀਂ ਵਿੱਚ ਲਿਆ ਸਕਦੀ ਹੈ ਨਾ ਪਰਿਮੇ ਸਾਰੇ ਨੂੰ ਘੇਰ ਰਿਹਾ ਸੋ ਉਹੀ ਇੱਧਰ ਆਹ ਕਿਹੜੀਆਂ ਰੂਟ ਤੇ ਰੂਟ 4 ਇਹ ਸਾਰੀਆਂ ਅਪਰਿਮੇ ਹੈ ਇੱਥੇ ਜਗ੍ਹਾ ਆ ਬਣੀ ਹੋਈ ਇਹ ਅਪਰਿਮੇ ਹੈ ਅ ਪਰਿਮੇ ਠੀਕ ਹੈ ਅਪਰਿਮੇ ਹੈ ਇਹਨੂੰ ਥੋੜਾ ਜਿਹਾ ਸਾਫ਼-ਸਾਫ਼ ਤੇ ਅ ਐੜਾ ਤੇ ਪਪਾ ਨਾਰੇ ਸਿਆਰੀ ਇਹ ਨਾਰਾ ਥੋੜਾ ਕਲੀਅਰ ਕਰਾ ਜੋ ਪੀਚ ਪ੍ਰੋਬਲਮ ਹੈ ਮੰਮੇ ਲਾਵਾਂ ਤੇ ਯਾ ਯਾ ਠੀਕ ਹੈ ਅਪਰੀਮੇ ਸੰਖਿਆ ਜਿਹੜੀ ਹੈ ਆਪਣੇ ਕੋਲ ਹੈਗੀਆਂ ਨੇ ਓਕੇ ਇੱਥੇ ਮੈਂ ਲਿਖ ਦੇਣਾ ਅਪਰੀਮੇ ਤੁਹਾਨੂੰ ਜਿਵੇਂ ਸਪੈਲਿੰਗ ਵੈਸੇ ਪ੍ਰੋਬਲਮ ਤਾਂ ਨਹੀਂ ਆਏਗੀ ਬਹੁਤ ਵਧੀਆ ਆਪਾਂ ਕਰ ਚੁੱਕੇ ਹਾਂ ਅਪਰੀਮੇ ਨਾ ਨੈਕਸਟ ਇਹ ਸਾਰੇ ਸਾਰੇ ਸਿਸਟਮ ਨੂੰ ਕਹਿੰਦੇ ਨੇ ਵਾਸਤਵਿਕ ਸੰਖਿਆਵਾਂ ਆਪਾਂ ਪਿੱਛੇ ਕੀਤਾ ਸੀ ਉਹਨੇ ਵਾਸਤਵਿਕ ਉਹ ਵੇਖਣਾ ਸਸਤ ਤਾ ਉਹ ਵਿਚਾਰੀ ਕਾਕਾ ਵਾਤਵਿਕ ਸੰਖਿਆਵਾਂ ਠੀਕ ਹੈ ਸੰਖਿਆਵਾਂ ਨਾਲ ਲਿਖ ਲੈਣਾ ਨਾ ਹੁਣ ਲਾਸਟ ਦੇ ਉਹੀ ਚੀਜ਼ ਇਥੇ ਆਪਾਂ ਕਾਫੀ ਅੰਦਰ ਰਿਵੀਜ਼ਨ ਹੋ ਜੀ ਹਰੇਕ ਪਰਿਮੇ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ ਜਿੰਨੇ ਵੀ ਕਹਿੰਦਾ ਹੈ ਪਰਿਮੇ ਸੰਖਿਆ ਇੱਕ ਸੰਪੂਰਨ ਹੁੰਦੀ ਹੈ ਸੰਖਿਆ ਹੁੰਦੀ ਹੈ ਜਿੰਨੀਆਂ ਵੀ ਪਰਿਮੇ ਹੈ ਹਰੇਕ ਸੰਪੂਰਨ ਨਹੀਂ ਜੀ ਪਰਿਮੇ ਵਾਲਾ ਬਾਕਸ ਸੰਪੂਰਨ ਚ ਨਹੀਂ ਆ ਸਕਦਾ ਸੰਪੂਰਨ ਲ ਪਰਿਮੇਚੰਦਾ ਜੀ ਕਹਿੰਦਾ ਨਾ ਹਰ ਇੱਕ ਸੰਪੂਰਨ ਸੰਖਿਆ ਪਰਿਮੇ ਹੁੰਦੀ ਫਿਰ ਆਪਾਂ ਕਹਿੰਦੇ ਸਹੀ ਹੈ ਪਰ ਉਹਨੇ ਕਿਹਾ ਹਰ ਇੱਕ ਪਰਿਮੇ ਸੰਖਿਆ ਸੰਪੂਰਨ ਹੁੰਦੀ ਹੈ ਗਲਤ ਜੀ ਕਿਉਂਕਿ ਪਰਿਮੇ ਨਾਲ ਬਾਕਸ ਵੱਡਾ ਸੰਪੂਰਨ ਨਹੀਂ ਆ ਸਕਦਾ ਵੈਸੇ ਵੀ बटे ਵਾਲੀ ਸੰਪੂਰਨ ਤਾਂ ਬੰਦੀ ਹੀ ਨਹੀਂ ਹੈ ਸੋ ਆਪਾਂ ਕਵਾਂਗੇ ਵੀ ਨਹੀਂ ਹੈਨਾ ਸੋ ਪਹਿਲਾ ਆਪਣੇ ਕੋਲ ਕੀ ਹੋ ਗਿਆ ਪਹਿਲਾ ਆਪਣੇ ਕੋਲ ਹੋ ਗਿਆ ਗਲਤ ਅਗਲਾ ਕਹਿੰਦਾ ਹਰ ਇੱਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ ਆਉ ਦੇਖਦੇ ਹਾਂ ਹਰ ਇੱਕ ਪ੍ਰਕਿਰਤਿਕ ਸੰਖਿਆ ਇੱਕ ਉਹਨੇ ਕਿਹਾ ਸੀ ਹਰ ਇੱਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ सो जिन् प्रकृतिक संख्या वाला डब्बा है वेखो पूर्ण संख्या वाले डब्बे पूरा आ जाएगा ना प्रकृतिक संख्या वाला सो बिल्कुल सही हरेक प्रकृतिक संख्या पूर्ण संख्या होंगी है सो ये सही हो गया है ठीक है दैन हरेक संपूर्ण संख्या एक परिमय संख्या होंगी है आगे भी देख लें हरेक संपूर्ण संख्या बिल्कुल जी जिन्नी भी संपूर्ण संख्या है वेखो परिमय वाले डब्बे आ जाएंगे पूरी सारी सारी संपूर्ण सो हरेक संपूर्ण संख्या जी होंगी है अपने को संख्या होंगी है ये अपने को सही हो गया ਸੋ ਇਹ ਤੁਸੀਂ ਇਹਨੂੰ ਨੋਟ ਕਰ ਲਓ ਵੀਡੀਓ ਨੂੰ ਪੋਸਟ ਕਰਕੇ ਠੀਕ ਹੈ ਇਹ ਸਵਾਲ ਤੁਹਾਨੂੰ ਸਾਰੇ ਦਿਖ ਰਹੇ ਨੇ ਓਕੇ ਸੋ ਇਹਨੂੰ ਸਾਰਿਆਂ ਨੂੰ ਤੁਸੀਂ ਨੋਟ ਕਰ ਲਓ ਆਪਣੇ ਆਪਣੇ ਕਾਪੀ ਤੇ ਤੇ ਫਿਕਸ਼ਨ ਪੂਰੀ ਕਰ ਲਓ ਥੈਂਕ ਯੂ ਜੀ